ਉਹਦੀ ਮਿਲ ਪਈ ਆ ਕਿ ਹੁਣ ਇਹ ਫੈਸਲਾ ਹੋਇਆ ਮੈਂ ਵੀ ਇਹਨਾਂ ਦੇ ਨਾਲ ਜਾ ਇੱਕ ਮਿੰਟ ਬਹਿ ਤਾਂ ਲੈ ਦੋ ਜਦੋਂ ਸਿੰਘ ਚਾਰ ਪਵਾ ਕੇ ਹਟਿਆ ਜਦੋਂ ਸਿੰਘ ਦੀ ਹਾਲਤ ਦੇਖੋ ਹਾਂ ਅਸੀਂ ਜਾ ਰਹੇ ਹਾਂ ਹੁਣ ਬੁਲਟ ਤੇ ਆਹ ਸਾਰੇ ਸਾਡੇ ਘਰ ਆ ਉਹ ਜੋਧੇ ਦੇ ਘਰ ਦਿਖਾਵਾਂ ਹੁਣ ਆਹ ਵੇਖੋ ਓਏ ਆਹ ਕਿੱਧਰ ਲਈ ਦੇਖੋ ਸਾਡੇ ਫਾਰਮ ਨੂੰ ਜਾਂਦਾ ਰਸਤਾ ਰਿਆਲੀ ਮੱਕੀ ਅਸੀਂ ਤੇ ਚਾਰ ਪਾਉਣਾ ਸ਼ੁਰੂ ਕਰਤਾ ਵਾ ਤੇ ਥੋੜਾ ਜਿਹਾ ਰਹਿ ਗਿਆ ਬਾਕੀ ਦੇ ਤੇ ਥੋੜੀ ਸਮਾਪਤੀ ਹੋ ਗਈ ਆ ਪਹਿਲੀ ਚੋਂ ਮੱਕੀ ਵੱਢੀ ਗਈ ਆ ਉਹ ਉੱਥੇ ਤੱਕ ਪਿੱਛੇ ਤੱਕ ਹੁਣ ਜਿੱਦਣ ਨੂੰ ਪਈ ਸਾਰੀ ਤੇ ਉਧਰ ਨੂੰ ਫੇਰ ਵਲੌਗ ਬਣਾਵਾਂਗੇ ਘਰੋਂ ਹੀ ਨਹੀਂ ਨਿਕਲ ਹੁੰਦਾ ਚਾਚਾ ਹੀ ਹੁਣੀ ਹਲੇ ਤੱਕ ਖੁੱਦ ਹੀ ਆ ਵੇਖੋ ਮਾਹੌਲ ਕਿੰਨਾ ਸਾਫ ਸੁਥਰਾ ਵਾ ਹੁਣ ਅਸੀਂ ਇੱਧਰ ਸਬਜ਼ੀਆਂ ਵਾਲੀ ਸਾਈਡ ਤੇ ਬੈਕ ਸਾਈਡ ਫਾਰਮ ਤੇ ਉੱਧਰ ਅਚਾਰ ਜਿਹੜਾ ਪਿਆ ਉਹਨੂੰ ਸੈੱਟ ਕਰਦੇ ਆ ਥੋੜ੍ਹਾ ਜਿਹਾ ਰਹਿ ਗਿਆ ਪਾਪਾ ਦੀ ਵੇਟ ਕਰਦੇ ਪਾਪਾ ਇੱਧਰ ਨੂੰ ਆਈ ਜਾਵੇ ਪਾਪਾ ਗੋਆ ਗਏ ਸੀ ਮੈਂ ਕਿਹਾ ਪਾਪਾ ਦੀ ਵੇਟ ਕਰਦੇ ਪਾਪਾ ਗੋਆ ਨੂੰ ਗਏ ਸੀ ਆਹ ਸਾਡੀ ਸਾਰੀ ਔਰਗੈਨਿਕ ਖਾਦ ਹਾਂਜੀ ਭਿੰਡੀਆਂ ਨਹੀਂ ਖਾਣੀਆਂ ਪਾਪਾ ਆਉਂਦੇ ਆ ਆਹ ਕੁੱਤੇ ਕਿਹਨਾਂ ਦੇ ਆ ਆਪਣੇ ਹੀ ਆ ਛੋਟੂ ਲੈ ਕੇ ਆ ਰਿਹਾ ਕਿੰਨੀ ਸੋਹਣੀ ਜਗ੍ਹਾ ਆ ਵਾਓ ਸੁਣੋ ਜੀ ਕਿੰਨੀ ਸੋਹਣੀ ਜਗ੍ਹਾ ਨਾ ਜੇ ਰੁੱਖ ਰੁੱਖ ਥੱਲੇ ਡਾਇਆ ਹੋਵੇ ਮੰਜਾ ਪਰ ਗਰਮੀ ਹੁਮ ਬਹੁਤ ਹੈ ਇੱਥੇ ਕਿੱਦਾਂ ਚਾਰ ਪਾ ਕੇ ਅੱਧੇ ਵਿਹਲੇ ਹੋ ਗਏ ਕਿੱਦਾਂ ਦਾ ਫੀਲ ਹੋ ਰਿਹਾ ਬਹੁਤ ਵਧੀਆ ਹੋ ਗਿਆ ਬਸ ਹੁਣ 30 ਖੇਤ ਪੈ ਗਏ ਚਾਰ ਦੇ ਹਾਂਜੀ ਤੇ 10-15 ਹੋਰ ਪਾਉਣੇ ਪਾਉਣੇ ਜੂਨ ਦੇ ਐਂਡ 'ਚ ਠੀਕ ਆ ਤੇ ਜਦੋਂ ਹੋਇਆ ਪੈਂਦਾ ਹੋਊਗਾ ਫਿਰ ਉਦੋਂ ਅਸੀਂ ਆਵਾਂਗੇ ਇਸ ਵਾਰੀ ਦਿਖਾ ਨਹੀਂ ਸਕੇ ਇਸ ਵਾਰੀ ਪ੍ਰੋਪਰ ਪ੍ਰੋਸੀਜਰ ਦਿਖਾ ਸੀ ਨਾ ਨਾਲੇ ਪ੍ਰੋਗਰਾਮ ਆਤੇ ਤੇ ਹੁਣ ਵੀ ਬਿਜ਼ੀ ਚੱਲਣ ਦੇ ਆ ਅੱਜ ਉਹੀ ਪਾਪਾ ਲਈ ਹੁਣ ਤੁਸੀਂ ਬਿਜ਼ੀ ਆ ਅੱਗੇ 2 ਸਾਲ ਸੀ ਲੋਕਡਾਊਨ ਚੱਲਦਾ ਹਾਂਜੀ ਤੇ ਜੂਨ ਦੇ ਵਿੱਚ ਤੁਹਾਨੂੰ ਥੋੜਾ ਬਹੁਤਾ ਟਾਈਮ ਮਿਲ ਜਾਂਦਾ ਸੀ ਨਾ ਇੱਕ ਨੂੰ ਛੱਡ ਕੇ ਹੁਣ ਐਗ ਸੀ ਤੁਹਾਡੇ ਲਗਾਤਾਰ ਹੀ ਆ ਪਾਪਾ ਜੀ ਤੁਸੀਂ ਕਿੰਨਾ ਇੰਜੋਏ ਕਰਦੇ ਤੁਸੀਂ ਰੋਜ਼ ਗੋਆ ਘੁੰਮਦੇ ਆ ਕਿੱਥੇ ਗੋਆ ਨਹੀਂ ਇਹ ਸਾਡੇ ਲਈ ਆਹ ਗੋਆ ਸਾਡੇ ਲਈ ਇਹੀ ਗੋਆ ਸਾਡੇ ਲਈ ਤੇ ਅਸੀਂ ਆਪਾਂ ਨਹੀਂ ਵੈਸੇ ਲੋਕੇਸ਼ਨ ਆਹ ਵਾਲੀ ਚੀਜ਼ ਤਾਂ ਬਹੁਤ ਹੈ ਇਹ ਜ਼ਿਆਦਾ ਵਧੀਆ ਆ ਇਹ ਵਧੀਆ ਸਹੀ ਆ ਪਾਪਾ ਕਿ ਮੈਂ ਕਿੰਨਾ ਤੁਰ ਲੈਂਦੀ ਹੁੰਦੀ ਸੀ ਉਹਨੇ ਇੱਥੇ ਤੱਕ ਆਉਂਦੀ ਮੈਂ ਵੱਡੇ ਹੋ ਗਿਆ ਮੈਂ ਸੱਚੀ ਮੈਂ ਤਾਂ ਬੁੱਢੀ ਹੋ ਗਈ ਮੈਂ ਇਹਨਾਂ ਨੂੰ ਕਿਹਾ ਮੈਂ ਕਿਹਾ ਤੁਸੀਂ ਸਾਰੇ ਟੱਬਰ ਨੇ ਰਲ ਕੇ ਮੈਨੂੰ ਦਲਿੱਦਰ ਨਹੀਂ ਬਣਾਤਾ ਮੈਨੇ ਕਿਰਪਾ ਕੀਤੀ ਚਲੋ ਚਲੋ ਉੱਥੇ ਜਾ ਕੇ ਅਗਲਾ ਸਵਾਲ ਕਰਦੇ ਹਾਂ ਖੈਰ ਸਾਡੇ ਇੰਟਰਵਿਊ ਦੇ ਨਾਲ ਜੁੜੇ ਰਹੋ ਕੈਮਰਾਮੈਨ ਲਈ ਤੇ ਨਾਲ ਕੈਮਰਾ ਗਰਲ ਸੋਰੀ ਇੰਜੋਏ ਕਰਨ ਦੀਆਂ ਬੀਬੀਆਂ ਕੀ ਹੋ ਗਿਆ ਤਰੀਕੇ ਨਾਲ ਭਰੇ ਗਏ ਆ ਇੱਕ ਇਹ ਕੋ This is my papa ki munnis. Munni. Haanji haanji. Karo ji karo gal. Desi jugad paar karan layi. Nala. Gaiyan da. Haanji papa ji. Aida bhai. Ab makhil. Suno ji. Papa bulaunde aa. ਇਸ ਵਾਰੀ ਪਾਪਾ ਤੁਹਾਨੂੰ ਇੱਕ ਜਾਣਾ ਨਹੀਂ ਦਿੱਤਾ ਗਿਆ ਇੱਥੇ ਕੰਮ ਕਰਾਉਣ ਲਈ ਨਹੀਂ ਨਾ ਬਲੌਗ 'ਚ ਨਹੀਂ ਬੋਲਦਾ ਪਾਪਾ ਤੋਂ ਕਲਾਸ ਲੱਗ ਜਾਣੀ ਇਹਨਾਂ ਦੀ ਹਾਂ ਠੀਕ ਆ ਨਹੀਂ ਘੱਟਦੀ ਬੋਲੋ ਸ਼ੁਰੂ ਕਰੋ ਕੈਮਰਾ ਚੱਲਣ ਨਹੀਂ ਪਿਆ ਉਦੋਂ ਦਾ ਜਿਹੜਾ ਆਪਾਂ ਨਾ ਗੱਲ ਕਰਦੇ ਸੀ ਵੀ ਹਰ ਸਾਲ ਆਪਾਂ ਸ਼ਹਿਰ ਨਹੀਂ ਪਾਉਂਦੇ ਜਾਈਏ ਹਾਂਜੀ ਆਪਾਂ 29 ਖੇਤ ਪਾਰੇ ਅੱਖ ਇਹਦੇ ਚ ਪਾਇਆ ਹਾਂਜੀ ਪਹਿਲਾਂ ਇਹਨਾਂ ਵਿੱਚ ਉੱਥੇ ਮਸ਼ੀਨ ਜਿਹੜੀ ਚੱਲਦੀ ਨਾ ਕੰਪਰੈਨ ਉਹ ਕੁਤਰਾ ਕਰਦੀ ਆ ਟਰਾਲੀਆਂ 'ਚ ਪਾਉਂਦੀ ਬਰੀਕ ਕਰਦੀ ਆ ਫਿਰ ਉਹ ਇਹਨਾਂ 'ਚ ਲਿਆ ਕੇ ਟਰਾਲੀਆਂ ਸੁੱਟੀਦੀਆਂ 4x4 ਟਰੈਕਟਰ ਦੇ ਨਾਲ ਆਪਾਂ ਲਤਾੜਦੇ ਹਾਂ ਐਨ ਨੱਪ ਨੱਪ ਕੇ ਪੂਰਾ ਨੱਪ ਕੇ ਫਿਰ ਇੱਦਾਂ ਤਰਪੈਲ ਪਾ ਕੇ
ਜੇ ਫੇਰ ਇਹਦੇ ਉੱਤੇ ਪਾ ਲੈਣੀ ਮਿੱਟੀ ਉਸ ਤੋਂ ਬਾਅਦ ਇਹ 40 ਦਿਨ ਬਾਅਦ ਖੋਲ ਕੇ ਆਪਾਂ ਪਸ਼ੂਆਂ ਨੂੰ ਪਾ ਸਕਦੇ 40 ਦਿਨਾਂ ਬਾਅਦ ਹਾਂਜੀ सही हुंदा चलो ए साल पहला पाया सी जिन्हां ने मेरा व्लॉग देखा होगा अचार वाला हुण ए सॉरी ਫੇਰ ਦੇਖੋ ਵੀਡੀਓ ਬਣਾਈ ਸੀ ਇੱਥੇ ਹਾਂਜੀ ਇੱਥੇ ਬਣਾਈ ਸੀ ਹਾਂਜੀ ਅੱਜ ਵੀ ਤੁਸੀਂ ਪ੍ਰੋਗਰਾਮ ਵਿੱਚ ਬਿਜ਼ੀ ਕਰਕੇ ਹੈ ਟਾਈਮ ਹੀ ਨਹੀਂ ਲੱਗਦਾ ਸੀ ਅੱਜ ਇਸ ਵਾਰ ਆ ਦੇਖੋ ਨਾ ਇਹ ਪੱਕੇ ਨੇ ਇੱਕ ਸਾਲ ਹੋ ਗਿਆ ਹਾਂਜੀ ਪੱਕੇ ਨੇ ਇੱਕ ਸਾਲ ਹੋ ਗਿਆ ਪਹਿਲੇ ਨੂੰ ਸਾਲ ਹੋ ਗਿਆ ਹਾਂਜੀ ਹੱਲੇ ਵੀ ਦੇਖ ਲਓ ਗਿੱਲਾ ਇਹਦੇ ਵਿੱਚੋਂ ਮੱਕੀ ਦੇ ਦਾਣੇ ਆ ਸਾਰਾ ਕੁਝ ਇਦਾਂ ਕੁੰਡ ਵਾਂਗੂ ਆ ਅਬ ਬਾਹਰ ਤੁਹਾਨੂੰ ਸੁੱਕਾ ਸੁੱਕਾ ਲੱਗੂਗਾ ਪਰ ਆ ਇੱਕ ਹੋਰ ਫਾਇਦੇ ਹੋ ਜਾਂਦੇ ਆ ਹਾਂਜੀ ਜਿੱਦਾਂ ਕਈ ਬੰਦੇ ਬਹੁਤ ਜ਼ਿਆਦਾ ਯੂਰੀਆ ਪਾਉਂਦੇ ਆ ਪੱਠਿਆਂ ਨੂੰ ਹਾਂ ਬਹੁਤ ਕਈ ਲੋੜ ਤੋਂ ਵੱਧ ਪਾ ਦਿੰਦੇ ਵੈਸੇ ਪਾਉਣੀ ਨਹੀਂ ਚਾਹੀਦੀ ਕਈ ਬੰਦੇ ਪਾ ਦਿੰਦੇ ਆ ਹਾਂ ਜਦੋਂ ਜਿਹੜੀ ਮਸ਼ੀਨ ਚੱਲਦੀ ਹੈ ਨਾ ਹਾਂ ਪਹਿਲੀ ਗੱਲ ਤਾਂ ਇਹ ਇੰਨਾ ਉੱਚਾ ਵੱਢਦੀ ਹੈ ਪੱਠਾ ਹਾਂਜੀ ਉਹ ਜੀ ਮੁੱਢਾਂ ਵਿੱਚ ਉਹੀ ਖਤਮ ਹੋ ਜਾਂਦੀ ਆ ਜਦੋਂ ਇਹ ਸਾਲ ਇੱਕ ਪੂਰਾ ਇਹਦਾ ਪੱਠੇ ਬਣੇ ਰਹਿੰਦੇ ਆ ਜਾਂ 40 ਦਿਨਾਂ ਬਾਅਦ ਖੋਲਦੇ ਆ ਜਿਹੜੀ ਦਵਾਈ ਪਾਈ ਹੁੰਦੀ ਆ ਯੂਰੀਆ ਪਾਈ ਹੁੰਦੀ ਆ ਉਹਦਾ ਅਸਰ ਵੀ ਖਤਮ ਹੋ ਜਾਂਦਾ ਹਾਂ ਜਿੱਦਾਂ ਜੋ ਆਪਾਂ ਪਾਉਂਦੇ ਹਾਂ ਮੱਕੀ ਨੂੰ ਕਈ ਤਾਂ ਬਹੁਤ ਜ਼ਿਆਦਾ ਜ਼ਿਆਦਾ ਪਾ ਦਿੰਦੇ ਆ ਉਹ ਇਹ 'ਚ ਇਹ ਫਾਇਦੇ ਇਹ ਬਣਾਉਣ ਦੇ ਵੀ ਜਿਹੜੀਆਂ ਦਵਾਈਆਂ ਜਾਂ ਜ਼ਿਆਦਾ ਯੂਰੀਆ ਪਹਿਲਾਂ ਤਾਂ ਇਹਨੇ ਵੱਢਣੀ ਇੰਨਾ ਉੱਚਾ ਰੱਖ ਕੇ ਆ ਬਾਕੀ ਜਦੋਂ ਇਹਦਾ ਪਾਉਂਦੇ ਆ ਤਾਂ ਫਿਰ ਉਹਦਾ ਦੂਜਾ ਮੇਰਾ ਮੇਰੇ ਮਾਇੰਡ 'ਚ ਕੁਐਸਚਨ ਆਇਆ ਆਹ ਤੂੜੀ ਹੈ ਰਾਈਟ ਤੇ ਇਹ ਤੂੜੀ ਮਤਲਬ ਕਿ ਇਹ ਬਾਅਦ 'ਚ ਰਲਾ ਕੇ ਪਾਉਂਦੇ ਆ ਗਈਆਂ ਥੋੜੀ ਥੋੜੀ ਤੂੜੀ ਆਹ ਉਧਰ ਤੂੜੀ ਪਈ ਆ ਹਾਂਜੀ ਇਹਨਾਂ ਦੀ ਵੀ ਕਿੰਨੀ ਕੇਅਰ ਕਰਨੀ ਪੈਂਦੀ ਆ ਹਰ ਇੱਕ ਚੀਜ਼ ਇਹਨਾਂ ਦੇ ਬਾਥਰੂਮ ਤੋਂ ਲੈ ਕੇ ਇਹਨਾਂ ਦੇ ਗੋਹੇ ਤੱਕ ਕੱਲੀ ਕੱਲੀ ਤੱਕ ਰੱਖਣੀ ਪੈਂਦੀ ਜਵਾਕ ਵਾਂਗੂ ਦੇਖੋ ਜੀ ਇਹਦੇ ਵਿੱਚ ਕੱਲਾ ਗਾ ਤੁਹਾਨੂੰ ਅੱਗੇ ਵੀ ਦੱਸਿਆ ਉਹੀ ਤਾਂ ਗਾ ਇਹ ਚ ਜਿਹੜੀ ਗਾਂ ਨੇ ਸੂਈ ਉਹਨੇ ਬੱਚੀ ਦਿੱਤੀ ਜਾਂ ਬੱਚਾ ਉਹ ਤਰੀਕ ਲਿਖਣੀ ਆ ਤਰੀਕ ਲਿਖਣੀ ਕਦੋਂ ਸੂਈ ਆ ਹਾਂਜੀ ਫਿਰ ਗਾਂ ਨੇ ਕਦੋਂ ਸੂਣਾ ਆ ਹਾਂ ਕਿੰਨਾ ਚਿਰ ਇਹਨੂੰ ਹੋ ਗਿਆ ਉਸ ਤੋਂ ਫਿਰ ਜਦੋਂ 2 ਮਹੀਨੇ ਰਹਿ ਜਾਂਦੇ ਸੂਣ ਚ ਫਿਰ ਉਹਨਾਂ ਨੂੰ ਦੁੱਧ ਬੰਦ ਕਰਕੇ ਫਿਰ ਉਹਨੂੰ ਉਦਾਂ ਦੀ ਫੀਡ ਪਾਉਂਦੇ ਮੈਂ ਇੱਕ ਦੇਖ ਰਹੀ ਸੀ ਕਿਸੇ ਦੇਸ਼ ਵਿੱਚ ਅਮਰੀਕਾ ਚ ਉਹ ਗਾਈਆਂ ਦੇ ਢਿੱਡ ਦੇ ਵਿੱਚ ਹੋਲ ਕਰਦੇ ਆ ਛੇਕ ਕਰ ਦਿੰਦੇ ਆ ਉਹ ਤਾਂ ਪਲਾਸਟਿਕ ਨਾਲ ਬੰਦ ਕਰ ਦਿੰਦੇ ਕਹਿੰਦੇ ਤੇ ਗਾਈਆਂ ਦੀ ਉਮਰ ਵੱਧਦੀ ਆ ਉਹਨਾਂ ਦਾ ਸਿਸਟਮ ਹੋਰ ਹੋਊਗਾ ਆਈ ਡੋਨਟ ਨੋ ਆਪਾਂ ਨੂੰ ਪਤਾ ਨਹੀਂ ਬਟ ਮੈਂ ਉਹ ਚ ਦੇਖਦੀ ਸੀ ਕਿ ਕਹਿੰਦੇ ਕੱਲੀ ਕੱਲੀ ਚੀਜ਼ ਪਤਾ ਲੱਗਦੀ ਅੰਦਰ ਦੇ ਜਨਮ ਵਗੈਰਾ ਕੋਈ ਵੀ ਆ ਹਾਂ ਕੋਈ ਵੀ ਜਿਹੜੀ ਸ੍ਰਿਸ਼ਟੀ ਗੁਰੂ ਮਹਾਰਾਜ ਨੇ ਸਾਜੀ ਉਹਦੀ ਉਮਰ ਆਪਾਂ ਨੇ ਨਹੀਂ ਤੈਅ ਨਹੀਂ ਕਰ ਸਕਦੇ ਹਾਂਜੀ ਕੋਈ ਸਮਰੱਥਾ ਨਹੀਂ ਨਾ ਇਹੋ ਜਿਹਾ ਪੰਗਿਆਂ ਚ ਪੈਣਾ ਚਾਹੀਦਾ ਕੁਦਰਤ ਦੇ ਖਿਲਾਫ ਨਾ ਵਧਾਈ ਜਾ ਸਕਦੀ ਆ ਉਹ ਪਾਉਂਦੇ ਵੀ ਜਿੱਦਾਂ ਥੋੜਾ ਜਿਹਾ ਕਰਦੇ ਵੀ ਜੇ ਪਹੂ ਦੇ ਪੇਟ ਚ ਅੰਦਰ ਪਤਾ ਲੱਗ ਜਾਂਦਾ ਨਾ ਫਰੇਮਾ ਹੋ ਜਾਂਦਾ ਉਸ ਵਾਸਤੇ ਤੇ ਨਾ ਹੀ ਇਹੋ ਜਿਹੀ ਛੇੜ ਛੇੜ ਵੈਸੇ ਨਾ ਹੀ ਕੋਈ ਵਧਾ ਸਕਦਾ ਉਮਰ ਬਿਲਕੁਲ ਆਪਣੇ ਜੇ ਸਮਰੱਥਾ ਨੇ ਜਿਹੜੇ ਆਪਾਂ ਇਹ ਕੰਮ ਕਰੀਏ ਹਾਂਜੀ ਹੁਣ ਆਪਾਂ ਗੱਲ ਕਰਾਂਗੇ ਇੱਥੇ ਹੋਰ ਇੱਕ ਜਣਾ ਮੌਜੂਦ ਹੈ ਮੈਂ ਹੋ ਰਿਹਾ ਆਪ ਜੀ ਨੂੰ ਕਿੱਦਾਂ ਲੱਗਾ ਜੀ ਵਿਹਲੇ ਰਹਿ ਕੇ ਇਸ ਚੀਜ਼ ਨੂੰ ਸਾਰੀ ਨੇ ਦੇਖਣ ਦਾ ਪ੍ਰੋਗਰਾਮ ਇਹਦੀ ਗੱਲ ਸੁਣ ਲਓ ਨਹੀਂ ਬਾਬਾ ਜੀ ਕੁਝ ਨਾ ਕਹੋ ਟਰੈਕਟਰ ਵੀ ਚਲਾ ਲੈਣਾ ਆ ਹਾਂਜੀ ਤੇ ਅਚਾਰ ਵੀ ਪਾਉਂਗਾ ਉਹ ਗੱਡੀ ਲਾ ਕੇ ਤੁਹਾਡੇ ਨਾਲ ਚਲੇ ਜਾਂਦਾ ਵੀ ਮੇਰਾ ਰੰਗ ਚ ਨਾ ਫਰਕ ਪੈ ਜਾਵੇ ਦੇਖੋ ਇਹਦੇ ਕੰਮ ਇੱਕ ਦਿਨ ਵੀ ਚਾਰ ਪਵਾਇਆ ਨਾਲ ਇੱਕ ਦਿਨ ਵੀ ਜਦੋਂ ਜਦੋਂ ਨਾ ਚਾਰ ਪੈ ਗਿਆ ਨਾ ਉਦੋਂ ਆਜੂਗਾ ਮਗਰੋਂ ਹਾਂਜੀ ਦੱਸੋ ਕੰਮ ਸਹੀ ਹੈ ਸਹੀ ਹੈ ਦੇਗ ਪਰਤਾਉਣੀ ਜਾਂ ਲੰਗਰ ਉਦੋਂ ਵੱਧ ਚੜ ਕੇ ਅੰਦਰ ਆ ਜਾਂਦੇ ਫਿਰ ਉਦੋਂ ਆਪਣੇ ਚੜ੍ਹਤ ਨੇ ਬਹੁਤ ਕੰਮ ਕੀਤਾ ਬਹੁਤ ਕੰਮ ਕੀਤਾ ਚੜ੍ਹਤ ਨੇ ਟਰੈਕਟਰ ਵੱਜਾ ਇਹ ਤਾਂ ਹਰ ਸਾਲ ਮਾੜਾ ਮੋਟਾ ਪਿਛਲੀ ਵਾਰੀ ਵੀ ਢਾਈ ਸੀ ਪਿੱਛੇ ਆ ਉਹ ਜੋ ਧੱਕ ਮਾਰਦੇ ਆ ਇਹ ਥੋੜਾ ਜਿਹਾ ਜਿਆਦਾ ਨਿਆਣੇ ਧੱਕਾ ਕਰ ਜਾਂਦੇ ਆ ਟਰੈਕਟਰ ਦੇ ਨਾਲ ਉਹ ਧੱਕ ਵਜਦੇ ਤੇ ਕੰਧ ਥੋੜੀ ਜਿਹੀ ਹਿਲ ਜਾਂਦੀ ਆ ਕਿਉਂਕਿ ਇਧਰਲੀ ਤਾਂ ਦੁਬਾਰਾ ਬਣੀ ਨਾ ਉਧਰਲੀ ਉਹ ਹਰ ਸਾਲ ਮਾੜਾ ਮੋਟਾ ਜਿਹੜੀ ਇਹ ਨਿਆਣੇ ਭੰਤੋਂ ਕਰਦੇ ਆ ਉਹ ਹੋਣਾ ਹੀ ਪੈਂਦਾ ਪਰ ਨਿਆਣੇ ਦੇ ਕੰਮ ਸ਼ਗਨ ਤਾਂ ਕਰਨਾ ਹੀ ਹੁੰਦਾ ਕਿ ਹਾਂ ਕੰਮ ਕੀਤਾ ਕੰਮ ਵੀ ਬਹੁਤ ਕੀਤਾ ਮੈਂ ਜਦੋਂ ਦੀ ਹਾਲ ਦੇਵੇਂ ਜਦੋਂ ਬੜਾ ਮੈਂ ਕਿਹਾ ਧੁੱਪ ਲਵਾਈ ਆ ਕੀ ਗੱਲ ਹੋ ਗਈ
चार पाते मैं पैसे भी मिले उन्हें कहते नहीं हले तो जी कहना मिले मैं एंड ते मिलूंगे कहता चार तो पै गया पिछली बार काफी नजारे ले पिछली बार बड़ा डेडी सुनो मेरी गल न्यू बोर्न कदो हुई लेके जाना किसी ने तो लेके जा सकता किन्ने दिना दा बस एक हफ्ते दा ही हफ्ते दा काके शूट बेबी हेलो चलो जी चलो पापा व्लॉग दी इत्थे समाप्ति कर दो हले नहीं करनी जी 8 मिनट दी वीडियो बन गई है हां कोई ना वड्डी पा दांगे अच्छा लाड कर दी है लै मैं तो डर गई सरदार इथे अपने भैये रेंदे अंदर कमरे आना दे काम सच अपने पखे भी देख लो दिने दिखाऊंगी नेरा हो गया ओके पापा जी बाय बाय मेहनत की दस बोल दे नी अच्छा परना लेके आया सी अज संथिया वेले गल च पाया सी अच्छा हम सेवा करके आए हैं इन्हें भी कराई नाल हुक्मनामा लिया सी ठीक है संथिया किदा चलदी बलजी चली जांदी ए किन्ना क याद कीता ने कोई पौड़ी रोज पांच बारी पढ़ के आया कर जित तक सताई पौड़ियां आंदियां ना रोज पांच बारी पढ़नियां एक ओंकार तो लेके सताईवी पौड़ी तक रोज पढ़नी पांच बार देख के गुटका साहब तो ना ना याद करना जे सीखना फिर याद करना पैना नहीं तो फिर उन्ने थोड़े दिन ही क्लास लगनी है पुछ ला इन्हों इन्हों भी आई सी एक की नाम से आहो नवा नवा चा नहीं रखना जो सीखना फिर लगातार ओके चलो ठीक है चले हूँ नहीं अजय रेहर्सल लैनी इन्होंने बंदे नहीं आए अजे नाम लगे